ਵਿੱਚ ਹਸਪਤਾਲ ਦੀ ਥਾਂ ਪਿੰਡਾਂ ਵਿੱਚ ਦਾਈਆਂ, ਪਿੰਡਾਂ ਦੀਆਂ ਗਰਭਵਤੀ ਔਰਤਾਂ ਦੀ ਡਿਲੀਵਰੀ ਪਿੰਡਾਂ ਵਿੱਚ ਹੀ ਕਰਾਉਣ ਦਾ ਕੰਮ ਕਰ ਰਹੀਆਂ ਹਨ, ਜਿਸ ਨਾਲ ਨਾ ਗਰਭਵਤੀ ਔਰਤਾਂ ਦਾ ਸਹੀ ਟ੍ਰੀਟਮੈਂਟ ਹੋ ਰਿਹਾ ਹੈ ਅਤੇ ਨਾ ਹੀ ਉਹਨਾਂ ਔਰਤਾਂ ਨੂੰ ਸਰਕਾਰੀ ਸਹੂਲਤਾਂ ਮਿਲ ਰਹੀਆਂ ਹਨ। ਜਿਸ ਤੋਂ ਪਰਦਾ ਚੁੱਕਦਿਆਂ ਕਸਬਾ ਮਮਦੌੜ ਦੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਵਿੱਚ ਡਿਊਟੀ ਨਿਭਾ ਰਹੀ ਡਾਕਟਰ ਰੇਖਾ ਨੂੰ ਇੱਕ ਦਾਈ ਵੱਲੋਂ ਘਰ ਵਿੱਚ ਹੀ ਗਰਭਵਤੀ ਔਰਤ ਦਾ ਟ੍ਰੀਟਮੈਂਟ ਕਰਨ ਦੀ ਸੂਚਨਾ ਮਿਲੀ ਅਤੇ ਤੁਰੰਤ ਡਾਕਟਰ ਰੇਖਾ ਨੇ ਉੱਚ ਅਧਿਕਾਰੀਆਂ ਨੂੰ ਇਤਲਾਹ ਕਰ ਗਰਭਵਤੀ ਔਰਤ ਦੇ ਘਰ ਪਹੁੰਚੇ, ਜਿੱਥੇ ਡਾਕਟਰ ਰੇਖਾ ਅਤੇ ਉਹਨਾਂ ਦੀ ਟੀਮ ਨੇ ਦਾਈ ਨੂੰ ਅਜਿਹਾ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਡਾਕਟਰ ਨੇ ਜੱਚਾ ਬੱਚਾ ਦੀ ਹਿਫਾਜ਼ਤ ਲਈ ਗਰਭਵਤੀ ਔਰਤ ਨੂੰ ਤੁਰੰਤ ਹਸਪਤਾਲ ਲਿਆਂਦਾ, ਜਿੱਥੇ ਮਾਹਿਰ ਡਾਕਟਰਾਂ ਵੱਲੋਂ ਇਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਡਾਕਟਰਾਂ ਦੀ ਨਿਗਰਾਨੀ ਹੇਠ ਮਹਿਲਾ ਨੇ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ। ਇਸ ਦੌਰਾਨ ਡਾਕਟਰ ਰੇਖਾ ਨੇ ਪਰਿਵਾਰਕ ਮੈਂਬਰਾਂ ਨੂੰ ਸਹੀ ਇਲਾਜ ਲਈ ਹਸਪਤਾਲ ਪਹੁੰਚਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਕਿਸੇ ਵੀ ਬਿਮਾਰੀ ਦੇ ਲੱਛਣਾਂ ਦਾ ਪਤਾ ਲੱਗਦੇ ਸਾਰ ਤੁਰੰਤ ਸਰਕਾਰੀ ਹਸਪਤਾਲ ਪਹੁੰਚ ਕਰਨ ਦੀ ਗੁਹਾਰ ਲਗਾਈ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਮਾਹਿਰ ਡਾਕਟਰਾਂ ਵੱਲੋਂ ਗਰਭਵਤੀਆਂ ਦਾ ਮੁਫ਼ਤ 'ਚ ਇਲਾਜ ਕਰਨ ਦੇ ਨਾਲ ਨਾਲ ਉਹਨਾਂ ਨੂੰ ਘਰੋਂ ਲਿਆਉਣ ਅਤੇ ਘਰ ਛੱਡਣ ਤੱਕ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਹਨਾਂ ਬਲਾਕ ਮਮਦੌਟ ਅਧੀਨ ਵੱਖ ਵੱਖ ਪਿੰਡਾਂ 'ਚ ਘਰਾਂ 'ਚ ਜਣੇਪਾ ਕਰ ਰਹੀਆਂ ਦਾਈਆਂ ਨੂੰ ਸਖ਼ਤ ਤਾੜਨਾ ਕਰਦਿਆਂ ਡਾਕਟਰ ਰਣਜਿੰਦਰ ਮੰਚਨ ਦਾ SMO ਅਤੇ ਡਾਕਟਰ ਰੇਖਾ ਨੇ ਸਪਸ਼ਟ ਕੀਤਾ ਕਿ ਅਜਿਹਾ ਕਰਨਾ ਜਿੱਥੇ ਮਨੁੱਖਤਾ ਦਾ ਕਾਣ ਹੈ ਅਤੇ ਕਾਨੂੰਨੀ ਜ਼ੁਰਮ ਹੈ, ਇਸ ਲਈ ਉਹ ਅੱਗੇ ਤੋਂ ਅਜਿਹਾ ਨਾ ਕਰਨ, ਨਹੀਂ ਤਾਂ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਰੋਜ਼ਪੁਰ ਤੋਂ ਅਸ਼ੋਕ ਭਾਰਦਵਾਜ ਦੀ ਰਿਪੋਰਟ। ਉਸ ਸੰਬੰਧ 'ਚ ਅਸੀਂ ਪੁੱਛਣਾ ਹੈ ਵੀ ਕੀ ਤੁਸੀਂ ਕੀਤਾ ਉੱਥੇ ਜਾ ਕੇ ਮੌਕੇ 'ਤੇ ਗਏ? ਮੈਂ ਡਾਕਟਰ ਰੇਖਾ ਅਤੇ ਡਾਕਟਰ ਜਸਪ੍ਰੀਤ ਸੀ, ਦੋਵਾਂ ਨੇ ਫਿਰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਫਿਰ ਡਿਲੀਵਰੀ ਕਰ ਰਹੀ ਹੈ, ਮਤਲਬ ਅਜੇ ਪਰਸੋਂ ਦੀ ਗੱਲ ਹੈ। ਮੈਂ ਉੱਥੋਂ ਉਹਨਾਂ ਨੂੰ ਰੰਗੇ ਹੱਥੀ ਫੜਿਆ ਸੀ ਡਿਲੀਵਰੀ ਕਰਦਿਆਂ ਨੂੰ, ਅਤੇ ਅੱਜ ਮੈਨੂੰ ਇਨਫੋਰਮੇਸ਼ਨ ਫਿਰ ਮਿਲੀ। ਮੈਂ ਡਾਕਟਰ ਸਾਹਿਬ ਨਾਲ ਜਾ ਕੇ ਉੱਥੇ ਫਿਰ ਇਹੀ ਕੀਤਾ ਕਿ ਉਹਨਾਂ ਨੇ ਪੇਸ਼ੈਂਟ ਲਟਾਇਆ ਹੋਇਆ, ਰਾਜਸਥਾਨ ਦਾ ਪੇਸ਼ੈਂਟ ਸੀ, ਸੋਨੂੰ ਨਾਮ ਹੈ ਪੇਸ਼ੈਂਟ ਦਾ, ਅਤੇ ਅਸੀਂ ਦੋਵੇਂ ਗਏ ਹਾਂ ਅਤੇ ਉੱਥੇ ਪੇਸ਼ੈਂਟ ਲਟਾਇਆ, ਮਤਲਬ ਕਿ ਡਿਲੀਵਰੀ ਵਾਸਤੇ ਉਹ ਕਹਿੰਦੀ ਕਿ ਮੇਰੇ ਕੋਲ ਆਏ ਨੇ ਤਾਂ ਡਿਲੀਵਰੀ ਵਾਸਤੇ ਆਏ ਨੇ, ਨਾ ਉਹਨਾਂ ਦੇ ਕੋਈ ਟੈਸਟ ਨਹੀਂ ਅਤੇ ਨਾ ਕੋਈ ਮਤਲਬ ਇਨਫੋਰਮੇਸ਼ਨ ਉਹਨਾਂ ਨੂੰ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਵੀ ਉਹਨਾਂ ਨੂੰ ਸਮਝਾ ਚੁੱਕੀ ਸੀ ਕਿ ਵੀ ਇਸ ਤਰ੍ਹਾਂ ਨਹੀਂ ਕਰਨਾ, ਹੁਣ ਸਰਕਾਰ ਵੱਲੋਂ ਆਰਡਰਸ ਹੈ ਕਿ ਤਾਈਆਂ ਇਸ ਤਰ੍ਹਾਂ ਮਤਲਬ ਕਿ ਨਹੀਂ ਕਰ ਸਕਦੀਆਂ ਡਿਲੀਵਰੀਜ਼, ਪਰ ਉਹ ਉਲਟਾ ਮੇਰੇ 'ਤੇ ਹੀ ਹੁਣ ਲੜਨ ਆ ਗਏ ਕਿ ਮੈਨੂੰ ਕਹਿੰਦੇ ਮੈਂ ਤੁਹਾਡੇ ਖਿਲਾਫ਼ ਬੋਲੂੰਗੀ ਜਾਂ ਤੁਹਾਡੇ ਖਿਲਾਫ਼ ਕਰੂੰਗੀ। ਮੈਂ ਪੇਸ਼ੈਂਟ ਨੂੰ ਇੱਥੇ ਲੈ ਆਈ ਹਾਂ, ਹੁਣ ਪੇਸ਼ੈਂਟ ਦਾ ਟੈਸਟ ਸਾਰੇ ਕਰਵਾਏ, ਪੇਸ਼ੈਂਟ ਦਾ HBV ਕਾਰਡ ਪੇਸ਼ੈਂਟ, ਹਾਂ ਪੇਸ਼ੈਂਟ ਨੋਰਮਲ ਹੈ ਇਸ ਟਾਈਮ, ਪਰ HBV ਕਾਰਡ ਨਹੀਂ ਹੋ ਨਹੀਂ ਹੈ ਹਜੇ, ਅੱਧੇ ਘੰਟੇ 'ਚ ਹੋ ਜਾਏਗੀ। 7 ਗ੍ਰਾਮ ਖੂਨ ਆ ਉਹਦਾ, ਬਹੁਤ ਮਤਲਬ ਹੈ ਉਹ ਪੋਜੀਸ਼ਨ 'ਚ ਹੈ, ਹੁਣ ਪੇਸ਼ੈਂਟ ਨੂੰ ਸੰਭਾਲਣਾ ਸਾਡੇ ਲਈ ਔਖਾ ਸੀ, ਪਰ ਕੋਸ਼ਿਸ਼ ਕਰਾਂਗੇ ਅਸੀਂ, ਜੋ ਵੀ ਹੱਲ ਹੋਇਆ ਅਸੀਂ ਪੂਰਾ ਹਰ ਉਹਨਾਂ ਦਾ ਸਾਥ ਦੇਵਾਂਗੇ। ਪੇਸ਼ੈਂਟ ਨੂੰ ਜੇ ਮੈਨੂੰ ਸਿਵਲ ਹਸਪਤਾਲ ਜਾ ਕੇ ਉਹਦਾ ਬਲੱਡ ਵੀ ਲਵਾਉਣਾ ਪਿਆ, ਉਹ ਵੀ ਲਵਾਵਾਂਗੀ ਮੈਂ। ਗਰਭਵਤੀ ਪਰਿਵਾਰਾਂ ਦਾ ਦੋਸ਼ ਹੈ ਜੀ, ਰਾਤ ਨੂੰ ਇੱਥੇ ਕੋਈ ਵੀ ਡਾਕਟਰ ਆ ਨਹੀਂ ਹੁੰਦਾ, ਤਾਂ ਕਰਕੇ ਸਾਨੂੰ ਪ੍ਰਾਈਵੇਟ ਜਾਣਾ ਪੈਂਦਾ। ਨਹੀਂ ਇਹ ਤਾਂ ਸਰਾਸਰ ਝੂਠ ਹੈ, ਮੇਰੇ 24 ਘੰਟੇ ਡਾਕਟਰਸ ਇੱਥੇ ਹੁੰਦੇ ਨੇ, ਅਸੀਂ 24 ਘੰਟੇ ਡਿਊਟੀ ਕਰਦੇ ਹਾਂ ਇੱਥੇ, ਜਦ ਤੱਕ ਦੂਸਰਾ ਡਾਕਟਰ ਨਹੀਂ ਆਇਆ ਤਦ ਤੱਕ ਅਸੀਂ ਹੁੰਦੇ ਹਾਂ ਇੱਥੇ। ਮਤਲਬ ਅਸੀਂ ਕਿਸੇ ਪੇਸ਼ੈਂਟ ਨੂੰ ਐਵੇਂ ਹਰਾਸ ਨਹੀਂ ਹੋਣ ਦਿੰਦੇ ਕਿ ਵੀ ਡਿਲੀਵਰੀ ਨਾ ਹੋਊ ਇਸ ਤਰ੍ਹਾਂ, ਕੋਈ ਨਹੀਂ ਸਕਦਾ। ਇੱਥੇ ਟੈਸਟ ਵੀ ਬਿਲਕੁਲ ਫ੍ਰੀ ਕੀਤੇ ਜਾਂਦੇ ਨੇ, ਪੂਰੀ ਫ੍ਰੀ ਸਹੂਲਤ ਹੈਗੀ ਇੱਥੇ। ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਪੇਸ਼ੈਂਟ ਸਾਡੇ ਕੋਲ ਆਉਣ, ਸਾਨੂੰ 12 ਵਜੇ ਫੋਨ, ਹੁਣ ਮੈਨੂੰ 2-2 ਵਜੇ ਫੋਨ ਆਉਂਦੇ ਕਿ ਡਾਕਟਰ ਸਾਹਿਬ ਅਸੀਂ ਡਿਲੀਵਰੀ ਕਰਵਾਉਣੀ ਹੈ, ਤਾਂ ਮੈਂ ਸਟਾਫ ਨੂੰ ਫੋਨ ਕਰਕੇ ਰਾਤ ਨੂੰ ਉੱਠ ਕੇ ਫੋਨ ਕਰਨਾ ਕਿ ਵੀ ਮੇਰਾ ਪੇਸ਼ੈਂਟ ਆ ਰਿਹਾ, ਮੇਰੀ ਡਿਲੀਵਰੀ ਦਾ ਸੰਭਾਲੋ, ਉਹਦੇ ਟੈਸਟ ਹੁੰਦੇ ਨੇ, ਸਾਰੇ ਟੈਸਟ ਮੈਂ ਇੱਥੇ ਫ੍ਰੀ ਕਰਵਾਏ ਨੇ। ਮੇਰੇ ਡਾਕਟਰ ਸਾਹਿਬ ਵੀ ਨੇ, ਉਹਨਾਂ ਨੇ ਮਤਲਬ ਕਿ ਨਾਲ ਅਸੀਂ ਸਾਰੀ ਰਾਤ ਇੱਥੇ ਮਤਲਬ ਜਿਹੜਾ ਵੀ ਪੇਸ਼ੈਂਟ ਆਉਂਦਾ ਉਹਦੇ ਟ੍ਰੀਟਮੈਂਟ ਦੇਖਦੇ ਹਾਂ ਅਸੀਂ, ਆਪ ਇੱਥੇ ਬੈਠੇ ਸਾਡੀ ਇੱਥੇ ਇਹੀ ਡਿਊਟੀ ਹੁੰਦੀ ਹੈ ਸਾਰਾ ਦਿਨ।
ਇਹ ਮੈਡਮ ਜੇ ਇਸ ਤਰ੍ਹਾਂ ਦੇ ਜਿਹੜੇ ਪ੍ਰਾਈਵੇਟ ਦਾਈਆਂ ਜਿਹੜੇ ਡਿਲੀਵਰੀ ਕਰ ਰਹੀਆਂ ਉਹਨਾਂ 'ਤੇ ਕੀ ਕਾਰਵਾਈ ਕੀਤੀ ਜਾਊਗੀ, ਜਿਹੜੀ ਅਦਰ ਹੋਰ ਦੂਜੇ ਪਿੰਡਾਂ ਵਿੱਚ ਵੀ ਇਸ ਤਰ੍ਹਾਂ ਦਾ ਜਿਹੜੇ ਕਰ ਰਹੇ ਆ ਜੀ? ਪਿੰਡਾਂ 'ਚ ਬਹੁਤ ਰੁਝਾਨ ਹੈ ਅਣਅਧਿਕਾਰਤ ਜਿਹੜੀਆਂ ਦਾਈਆਂ ਕਰਦੀਆਂ ਨੇ ਡਿਲੀਵਰੀ ਕਾਰਵਾਈ ਤੇ ਕਿ ਇਹਨਾਂ ਨੂੰ ਮਤਲਬ ਬੰਦ ਹੋਣਾ ਚਾਹੀਦਾ, ਇਹਨਾਂ ਦਾ ਜੋ ਵੀ ਇਹਨਾਂ ਦਾ ਬਿਜ਼ਨਸ ਹੈਗਾ, ਮਤਲਬ ਸਰਕਾਰ ਸਾਰੇ ਜਿੰਨੇ ਵੀ ਐਂਟੀਨੈਟਲ ਕੇਸ, ਉਹਨਾਂ ਟੈਸਟ ਤੋਂ ਲੈ ਕੇ ਡਿਲੀਵਰੀ ਤੱਕ ਸਭ ਕੁਝ ਫ੍ਰੀ ਹੈ। ਈਵਨ 108 ਦੀ ਇਹਨਾਂ ਨੂੰ ਜਦੋਂ ਮਰਜ਼ੀ ਕਾਲ ਕਰੋ, ਐਂਬੂਲੈਂਸ ਹਾਜ਼ਰ ਹੈਗੀ ਹੈ, ਜਦੋਂ ਮਰਜ਼ੀ ਡਿਲੀਵਰੀ ਕਰਾਉਣ ਆਉਣ। ਅਤੇ ਹੁਣ ਇਸ ਤੋਂ ਬਾਅਦ ਸਰਕਾਰ ਕੀ ਕਰਦੀ, ਉਹਨਾਂ ਤੇ ਕੀ ਕਾਰਵਾਈ ਕੀਤੀ ਜਾਊਗੀ ਹੈ ਤੁਹਾਡੇ ਸਰਕਾਰੀ ਮਹਿਕਮੇ ਵੱਲੋਂ? ਅਸੀਂ ਤਾਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸ ਦਾਂਗੇ, ਉਹਨਾਂ ਨੇ ਮਤਲਬ ਅਸੀਂ ਆਪਣੇ ਵੱਲੋਂ ਲਿਖ ਦੇ ਦਿੱਤਾ ਜਾਏਗਾ ਕਿ ਵੀ ਆਹ ਫੇਲ ਹੋਇਆ, ਅਤੇ ਉਹਨਾਂ ਦੇ ਉੱਤੇ ਇਹ ਹੈ ਕਿ ਉਹਨਾਂ ਨੇ ਜੋ ਕਾਰਵਾਈ ਕਰਨੀ ਉਹਨਾਂ ਨੇ ਕਰਨੀ। ਅਸੀਂ ਤਾਂ ਐਮਓ ਜਾਂ SMO ਨੇ ਹੀ ਅਤੇ CSR ਨੇ ਹੀ ਕਰਨਾ ਜੋ ਕਰਨਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।